ਬਹੁਤ ਨਾਮ ਰੋਸ਼ਨ ਕੀਤਾ ਲਾਲਾ ਅਬੈਦੁੱਲਾ ਬਹੁਤ ਸੋਹਣੇ ਹੈ ਮੈਂ ਵੀ ਸੋਹਣੇ ਇਸ ਵੇਲੇ ਨਾਲ ਸ਼ੌਕ ਦੇ ਲਾਲਾ ਅਬੈਦੁੱਲਾ ਪੌਦਾ ਭੰਗੜੇ ਵਿੱਚ ਮੈਦਾਨ ਆਇਆ ਡੌਲੇ ਪੱਟ ਦੇ ਵੇਖ ਕੇ ਮੋਢਿਆਂ ਨੂੰ ਪਤਾ ਲੱਗਦਾ ਕੋਈ ਜਵਾਨ ਹੈ ਪੁੱਠੀ ਰੱਬ ਕਿਸੇ ਨੂੰ ਕੋਈ ਪੁੱਠੀ ਨਾ ਪਾਵੇ ਵਾਹ ਕੋਸ਼ਿਸ਼ ਕੀਤੀ ਹੈ ਲਓ ਧੱਕੇ ਧੌਲਾ ਧੱਫੇ ਵੱਜਦੇ ਹੋਏ ਹਾਂਜੀ ਓਹੋ ਵਾਹ ਸੋਹਣੇ ਖਲੋ ਜੋ ਦੇਖੀ ਜਾਂਦੀ ਹੈ ਬਣਦਾ ਕੀ ਹੈ ਇਹ ਥੋੜੀ ਜੀ ਸਖਤ ਮਜਾਜੀ ਹੁੰਦੀ ਹੈ ਸੰਧੂ ਸਾਹਿਬ ਏਦਾਂ ਦੀ ਮਾੜੀ ਮੋਟੀ ਹੁੰਦੀ ਹੈ ਉਂਚ ਨੀਚ ਇਹ ਖੂਨ ਦੇ ਵਿੱਚ ਗਰਮਜੋਸ਼ੀ ਹੁੰਦੀ ਹੈ ਇਹਦੇ ਨਾਲ ਹੁੰਦਾ ਇਹਦੇ ਵਿੱਚ ਅਥਲੀਟ ਵੀ ਹੈ ਇਹਦੇ ਵਿੱਚ ਆਪਣਾ ਕਰਾਟੇ ਵੀ ਹੈ ਇਹਦੇ ਵਿੱਚ ਸਭ ਕੁਝ ਹੁੰਦਾ ਦੌੜ ਵੀ ਹੈ ਔਰ ਦੇਖਿਆ ਤੁਸੀਂ ਧੱਕੇ ਵੱਜੇ ਆ ਔਰ ਹਾਂਜੀ ਇਹ ਤਾਂ ਏਦਾਂ ਲੱਗਦਾ ਜਿੱਦਾਂ ਧੀਰੇ ਪਿੰਡ ਦੇ ਵਿੱਚ ਖੁੱਲੀ ਕਬੱਡੀ ਦਾ ਮੈਚ ਸ਼ੁਰੂ ਹੋ ਗਿਆ ਪਰ ਇਹ ਕੋਈ ਗੱਲ ਨੀ ਔਰ ਦੇਖਿਆ ਬੁੱਤੀਆ ਤੋਂ ਪਹਿਲੇ ਅੱਗੇ ਲੰਘ ਗਿਆ ਔਰ Not again, Oh, fuck. Fuck, ਗੁਜਰ ਪ੍ਰਿੰਸ ਆਫ ਪਾਕਿਸਤਾਨ ਜਾਨੀ ਸੁਨਿਆਰਾ ਰਾਏ ਹਾਏ ਜਾਨੀ ਸੁਨਿਆਰੇ ਦੇ ਨਾਲ ਹੋਈ ਚੱਕਰ ਜੀ ਜਾਨੀ ਸੁਨਿਆਰਾ ਹਾਂ ਤਾਲੀਆਂ ਜੀ ਤਾਲੀਆਂ ਵਾਹ ਜੀ ਵਾਹ ਕੋਈ ਗੱਲ ਨੀ ਮੁਹੰਮਦ ਨਵਾਜ਼ ਬਾਜੇ ਵਾਸਤੇ ਵੀ ਗਰਾਊਂਡ ਦੇ ਵਿੱਚ ਇਸ ਵੇਲੇ ਹੀਰੇ ਦਾ ਬੋਲਿਆ ਭਾਵਾ ਇਸ ਹੀਰੇ ਦਾ ਚੋੜੀ ਹੈ ਗੁਲਾਮ ਅਬਾਸ ਭੱਟ
ਉਹਦੇ ਬੰਦ ਖਾਣੇ ਚਾਰ ਜਾਪੀ ਹੈ, ਦੇਖਦੇ ਕਿਹਦੇ ਨਾਲ ਅੰਦਰ ਹੁੰਦੀ ਹੈ ਟੱਕਰ ਹੋ ਗਈ। ਇਸ ਵੇਲੇ ਮੁਹੰਮਦ ਇਸ਼ਾਕ 6 ਪਿੰਡ ਢਿੱਲੋ 51 ਜੀਤੇ ਸਜਾ ਦਾ ਪਾਕਿਸਤਾਨੀ ਉੱਥੋਂ ਆਏ ਹਾਈ ਜੀਰੋ ਤੋਂ ਬਣ ਜਾਣਾ ਬੰਦਾ ਕੋ ਬਾਹਰੋਂ ਨਾ ਆਵੇ ਬਾਹਰੋਂ ਕੋਈ ਬੰਦਾ ਨਾ ਆਵੇ ਵਿੱਚ ਭਾਈ ਪੁਲਿਸ ਵਾਲਿਓ ਬੰਦਿਆਂ ਨੂੰ ਸੋਟਾ ਫੇਰੋ ਜਿਹੜੇ ਨਜਾਇਜ਼ ਬੰਦੇ ਵਿੱਚ ਐਕਸਟਰਾ ਫਰੰਡ ਇਹਨਾਂ ਨੂੰ ਸੋਟਾ ਫੇਰੋ ਖਿਡਾਰੀਆਂ ਨੂੰ ਪੁੱਛ ਕੇ ਖਿਡਾਰੀਆਂ ਗਰਾਊਂਡ ਦਾ ਰੌਲਾ ਗਰਾਊਂਡ ਚ ਨਿਬੜ ਜਾਣਾ ਤਾਂ ਬੰਦਾ ਬਾਹਰ ਆਉਣ ਦੀ ਕੋਸ਼ਿਸ਼ ਨਾ ਕਰੇ ਬੜੀ